ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਤਾਰਾ ਬੋਲੇ ਦੇ ਨਵੇਂ ਐਪੀਸੋਡ ਦੇ ਵਿੱਚ। ਅੱਜ ਕੱਲ੍ਹ ਪੰਜਾਬੀ ਸਿਨੇਮਾ ਦੇ ਵਿੱਚ ਵੀ ਪੀਰੀਅਡ ਫਿਲਮਸ ਅਤੇ ਹਿਸਟੋਰੀਕਲ ਫਿਲਮਸ ਨੂੰ ਬਹੁਤ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਹੈ। ਇਸੇ ਕਤਾਰ ਦੇ ਵਿੱਚ ਆ ਰਹੀ ਨਵੀਂ ਫਿਲਮ ਸਾਕਾ, ਜੋ ਕਿ ਸਿੱਖ ਇਤਿਹਾਸ ਦੇ ਵਿੱਚ ਹੋਈ ਇੱਕ ਬਹੁਤ ਵੱਡੀ ਘਟਨਾ 'ਤੇ ਆਧਾਰਿਤ ਹੈ। ਇਹ ਸਾਕਾ 1921 ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਵਾਪਰਿਆ। ਲਓ ਜੀ, ਹੁਣ ਸਵਾਗਤ ਕਰਦੇ ਹਾਂ ਜੀ ਸਾਕਾ ਫਿਲਮ ਦੀ ਲੀਡ ਸਟਾਰਕਾਸਟ, ਨਾਲ ਦੀ ਨਾਲ ਉਹਨਾਂ ਦੇ ਪ੍ਰੋਡਿਊਸਰ ਮੁਕੁਲ ਦੇਵ ਜੀ, ਓਸ਼ਨ ਬ੍ਰੈਡ ਐਂਡ ਸੁਖਬੀਰ ਸਿੰਘ ਸੰਦਰ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੁਕੁਲ ਜੀ, ਪਹਿਲਾਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਸਭ ਤੋਂ ਕਿ ਸਾਕਾ ਮੂਵੀ ਪੰਜਾਬ ਦੇ, ਇਨਫੈਕਟ ਸਿੱਖੀ ਦੇ ਇਤਿਹਾਸ ਦੀ ਇੱਕ ਬਹੁਤ ਹੀ ਵੱਡੀ ਘਟਨਾ 'ਤੇ ਆਧਾਰਿਤ ਹੈ, ਸੋ ਇਸ ਮੂਵੀ ਬਾਰੇ ਤੁਸੀਂ ਕੁਛ ਦੱਸੋ ਪਹਿਲਾਂ। ਮੂਵੀ ਜਿਵੇਂ ਤੁਸੀਂ ਕਿਹਾ ਜੀ, ਇਤਿਹਾਸ ਦੀ ਕਹਾਣੀ ਪੀਰੀਅਡ ਫਿਲਮ ਹੈਗੀ 1921 ਦੀ, ਅਤੇ ਇਹ ਜਿਹੜਾ ਸਾਕਾ ਹੈ, ਗੁਰਦੁਆਰਾ ਜਿਹੜਾ ਸੀ ਨਨਕਾਣਾ ਸਾਹਿਬ, ਉਹਦੇ ਬਾਰੇ 'ਚ ਹੈਗਾ। ਅਤੇ ਉਹਦੇ ਉੱਤੇ ਕਬਜ਼ਾ ਹੋ ਗਿਆ ਸੀ, ਅਤੇ ਉਹਨੂੰ ਫਰੀਡਮ ਦਿਲਾਉਣ ਲਈ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਜਿਹੜੇ ਰੈਵੋਲਿਊਸ਼ਨਰੀ ਸੀਗੇ, ਉਹਨਾਂ ਦੀ ਇਹ ਕਹਾਣੀ ਹੈ। ਅਤੇ ਇਹ ਮੈਨੂੰ ਲੱਗਦਾ ਕਿ ਬਹੁਤ ਹੀ ਜ਼ਿਆਦਾ, ਇਟਸ ਅ ਵੈਰੀ ਵੈਰੀ ਇੰਪੋਰਟੈਂਟ ਪਾਰਟ ਆਫ ਦ ਹਿਸਟਰੀ ਆਫ ਸਿੱਖਸ। ਇਹ ਬਹੁਤਾ ਲੋਕ ਨਹੀਂ ਜਾਣਦੇ ਆ ਜੀ ਜੀ। ਆਪਾਂ ਸੋਚੇ ਇਹਨੂੰ ਬਣਾਈਏ ਅਤੇ ਲੋਕਾਂ ਦੇ ਅੰਦਰ ਅਵੇਅਰਨੈਸ ਪੈਦਾ ਕਰੀਏ। ਸੁਖਬੀਰ ਜੀ, ਬੀਂਗ ਅ ਪ੍ਰੋਡਿਊਸਰ, ਤੁਸੀਂ ਇਸ ਟੌਪਿਕ 'ਤੇ ਫਿਲਮ ਬਣਾਉਣ ਦਾ ਡਿਸੀਜ਼ਨ ਮਤਲਬ ਕਿੱਦਾਂ ਲਿਆ? ਜਿਵੇਂ ਕਮਰਸ਼ੀਅਲ ਫਿਲਮਾਂ ਤੋਂ ਹਟ ਕੇ ਤੁਸੀਂ ਸਾਕਾ ਵਰਗੀ ਮੂਵੀ ਬਣਾਈ ਹੈ, ਸੋ ਇਹ ਟੌਪਿਕ ਚੂਜ਼ ਕਿੱਦਾਂ ਕੀਤਾ ਅਤੇ ਡਿਸੀਜ਼ਨ ਕਿਵੇਂ ਬਣਾਇਆ ਇਸ ਫਿਲਮ ਨੇ? ਦੇਖੋ ਜੀ, ਮੈਂ ਜਿਸ ਵੇਲੇ ਆਪਣੀ ਪਹਿਲੀ ਮੂਵੀ ਜੱਟ ਵੋਇਸ ਪ੍ਰੋਜੈਕਟਾਂ ਦੀ ਹੈ, ਪੋਸਟ ਪ੍ਰੋਡਕਸ਼ਨ ਲਈ ਬੰਬੇ ਗਿਆ ਸੀਗਾ ਜੀ, ਉੱਥੇ ਮੈਨੂੰ ਡਾਇਰੈਕਟਰ ਰਾਈਟਰ ਜਗਮੀਤ ਸਿੰਘ ਸਮੁੰਦਰੀ ਮਿਲੇ ਜੀ। ਐਂਡ ਆਈ ਵਾਸ ਸ਼ੌਕ ਟੂ ਫਾਇੰਡ ਆਊਟ ਕਿ ਮੈਂ ਜੇ ਇੰਡੀਆ 4-5 ਕਲਾਸਾਂ ਪੜ੍ਹਿਆ ਇੰਗਲੈਂਡ ਜਾਣ ਤੋਂ ਪਹਿਲਾਂ, ਅਤੇ ਉੱਥੇ ਵੀ ਪੰਜਾਬੀ ਕਾਫੀ ਕਿਤਾਬਾਂ ਪੜ੍ਹੀ ਗਈਆਂ ਜੀ। ਮੈਨੂੰ ਇਸ ਬਾਰੇ ਪਤਾ ਹੀ ਨਹੀਂ ਸੀਗਾ ਕਿ ਆਪਣੇ ਸਾਕਾ ਬੀਤਿਆ ਇਹ ਕਹਾਣੀ 1921 ਬਾਰੇ ਬਿਲਕੁਲ ਨਹੀਂ, ਜਿਨ੍ਹਾਂ ਵਾਲੇ ਵਗਦਾ ਪਤਾ ਸੀਗਾ, ਪਰ ਇਹਦੇ ਬਾਰੇ ਮੈਨੂੰ ਬਿਲਕੁਲ ਨੌਲੇਜ। ਜਦੋਂ ਮੈਂ ਸੁਣਿਆ, ਮੈਨੂੰ ਬੜਾ ਸੁਣ ਕੇ ਦੁੱਖ ਹੋਇਆ ਕਿ ਇਹ ਚੀਜ਼ ਹੋਈ ਹੈ। ਉਸ ਵੇਲੇ ਮੈਂ ਉਹਨੂੰ ਕਹਿੰਦਾ ਸੀ ਕਿ ਜਦੋਂ ਮੇਰੀ ਆਹ ਫਿਲਮ ਕੰਪਲੀਟ ਹੋ ਗਈ, ਮੈਂ ਫ੍ਰੀ ਹੋਇਆ, ਮੈਂ ਦੁਬਾਰਾ ਫਿਰ ਆਊਂਗਾ, ਫਿਰ ਸੁਣੂੰਗਾ। ਤਕਰੀਬਨ ਸਾਲ ਕੁ ਬਾਅਦ ਫਿਰ ਮੈਂ ਗਿਆ ਅਤੇ ਉਹਨਾਂ ਨੇ ਮੈਨੂੰ ਫਿਰ ਪੂਰੀ ਕਹਾਣੀ ਸਕ੍ਰਿਪਟ ਸੁਣਾਈ, ਅਤੇ ਉਸੇ ਵੇਲੇ ਫਿਰ ਮੈਂ ਕਹਿੰਦਾ ਸੀ ਕਿ ਇਹ ਫਿਲਮ ਆਪਾਂ ਜ਼ਰੂਰ ਬਣਾਉਣੀ ਹੈ, ਇਹ ਲਈ ਪੈਸੇ ਲਈ ਨਹੀਂ ਬਣਾਉਣੀ, ਇਹ ਫਿਲਮ ਆਪਾਂ ਆਪਣੇ ਕਲਚਰ ਨੂੰ, ਆਪਣੇ ਧਰਮ ਨੂੰ, ਨੂੰ ਆਪਾਂ ਉਹਦੇ ਵਿੱਚ ਉਹਨਾਂ ਨੂੰ ਅਪਰੀਸ਼ੀਏਟ ਕਰਨਾ ਅਤੇ ਉਹਨਾਂ ਦੇ ਇਸ ਕਰਕੇ ਕਰਨੀ ਹੈਗੀ, ਸੋ ਬੱਚੇ ਦੇਖਣ ਇਸ ਚੀਜ਼ ਨੂੰ। ਓਸ਼ਿਨ ਜੀ, ਵਟ ਮੇਡ ਯੂ ਟੂ ਸੇ ਯੈਸ ਟੂ ਦਿਸ ਮੂਵੀ? ਕਿਉਂਕਿ ਤੁਸੀਂ ਪਹਿਲਾਂ ਮੁਖਤਿਆਰ, ਚੱਡਾ ਐਂਡ ਸ਼ਰੀਕ ਵਰਗੀਆਂ ਕਮਰਸ਼ੀਅਲ ਮੂਵੀਜ਼ ਕੀਤੀਆਂ, ਫਿਰ ਇੱਕ ਹੁਣ ਇਹ ਮੂਵੀ, ਤੁਸੀਂ ਕਿੱਦਾਂ ਮਤਲਬ ਤੁਹਾਨੂੰ ਇਹ ਹੋਇਆ ਕਿ ਇਹ ਫਿਲਮ ਮੈਂ ਕਰਨੀ ਆ? ਜਦ ਮੈਂ ਮੁਖਤਿਆਰ ਕਰ ਰਹੀ ਸੀਗੀ, ਸੰਦਰ ਸਰ ਨੇ ਮੈਨੂੰ ਕਿਹਾ ਕਿ ਮੇਰੇ ਕੋਲ ਇੱਕ ਰੋਲ ਹੈਗਾ ਤੇਰੇ ਲਈ, ਇਫ ਯੂ ਲਾਈਕ ਦ ਸਕ੍ਰਿਪਟ ਤਾਂ ਤੂੰ ਦੇਖ ਲੈ। ਅਤੇ ਜਦ ਜਗਮੀਤ ਸਰ ਨੇ ਮੈਨੂੰ ਇਹ ਸਟੋਰੀ ਸੁਣਾਈ, ਤਾਂ ਉਹ ਸ਼ੌਕਡ ਕਿ ਇਹ ਚੀਜ਼ ਵੀ ਹੋਈ ਹੈ, ਬਿਕੋਜ਼ ਆਫ ਦਿਸ ਰੀਜ਼ਨ ਆਈ ਸੈਡ ਯੈਸ ਟੂ ਦ ਫਿਲਮ। ਅਤੇ ਮੁਕੁਲ ਜੀ, ਇਹ ਜਿੱਦਾਂ ਹੁਣ ਸੱਚੀ ਘਟਨਾ 'ਤੇ ਆਧਾਰਿਤ ਹੈ, ਅਤੇ ਜੋ ਕੈਰੈਕਟਰ ਵੀ ਨੇ ਫਿਲਮ ਦੇ ਵਿੱਚ, ਜਿਵੇਂ ਤੁਹਾਡਾ ਕੈਰੈਕਟਰ ਹੈ, ਇਹ ਰੀਅਲ ਕੈਰੈਕਟਰਸ ਨੇ ਜਾਂ ਇੰਸਪਾਇਰਡ ਨੇ ਰੀਅਲ ਕੈਰੈਕਟਰਸ ਤੋਂ? ਇਹ ਜੀ, ਰੀਅਲ ਕੈਰੈਕਟਰਸ ਨੇ। ਅੱਛਾ। ਕਰਤਾਰ ਸਿੰਘ ਛੱਬੜ ਜਿਨ੍ਹਾਂ ਦਾ ਨਾਂ ਸੀ ਜੀ, ਉਹ ਐਕਚੁਅਲੀ ਹੀ ਵਾਜ਼ ਅ ਕਾਮਨ ਮੈਨ ਸੀਗੇ ਉਹ, ਅਤੇ ਉਹਨਾਂ ਦੇ ਫਾਦਰ ਥੋੜ੍ਹੇ ਬਹੁਤ ਰਿਲੀਜੀਅਸ ਸੀਗੇ, ਗੁਰਦੁਆਰੇ ਜਾਂਦੇ ਹੁੰਦੇ ਸੀ, ਉਹ ਵੀ ਉਹਨਾਂ ਦੇ ਨਾਲ ਗੁਰਦੁਆਰੇ ਜਾਂਦੇ ਸੀ ਜੀ। ਅਤੇ ਜਦੋਂ ਤਾਂ ਹੀ ਵਾਜ਼ ਵੈਰੀ ਯੰਗ, ਉਹਨਾਂ ਨੂੰ ਪਤਾ ਲੱਗਿਆ ਕਿ ਹੋ ਰਿਹਾ ਗੁਰਦੁਆਰਿਆਂ ਦੇ, ਗੁਰਦੁਆਰਿਆਂ ਦੇ ਅੰਦਰ ਮਹੰਤਾਂ ਨੇ ਕਬਜ਼ਾ ਕਰ ਲਿਆ ਸੀ, ਉਹ ਬੇਅਦਬੀ ਕਰਦੇ ਸੀ, ਫਿਰ ਅੰਗਰੇਜ਼ਾਂ ਦਾ ਰਾਜ ਸੀਗਾ, ਅਤੇ ਤਾਂ ਕਰਕੇ ਉਹਨਾਂ ਨੇ ਆਪਣਾ ਇੱਕ ਕਾਮਨ ਮੈਨ ਨੂੰ ਤਿਆਗ ਕੇ ਆਪਣੀ ਇਮੇਜ, ਉਹ ਇੱਕ ਰੈਵੋਲਿਊਸ਼ਨਰੀ ਬਣ ਗਏ। ਫਿਰ ਉਹਨਾਂ ਨੇ ਸਾਰਿਆਂ ਨੂੰ ਇਕਜੁੱਟ ਕੀਤਾ, ਇਕੱਠਾ ਕੀਤਾ ਸਾਰਿਆਂ ਨੂੰ, ਅਤੇ ਕੋਈ ਆਰਮੀ ਛੱਡ ਕੇ ਆਇਆ, ਕੋਈ ਕਿਸਾਨ ਸੀਗਾ ਉਹ ਵੀ ਕਿਸਾਨੀ ਛੱਡ ਕੇ ਆ ਗਿਆ, ਤਾਂ ਕਰਕੇ ਜਿਹੜੇ ਕਾਮਨ ਮੈਨ ਸੀਗੇ ਉਹਨਾਂ ਨੇ ਮੋਰਚਾ ਕੱਢਿਆ। ਔਰ ਸਭ ਤੋਂ ਇਹ ਵਧੀਆ ਗੱਲ ਇਹ ਹੈ ਕਿ ਬਈ ਇਹ ਪੀਸਫੁਲ ਸੀਗਾ, ਅਤੇ ਮੈਂ ਇਹਨਾਂ ਦੇ ਬਾਰੇ 'ਚ ਪੜ੍ਹਿਆ ਵੀ ਥੋੜ੍ਹਾ ਬਹੁਤ, ਪੀਸਫੁਲ ਪ੍ਰੋਟੈਸਟ ਸੀਗਾ, ਪੀਸਫੁਲ ਪ੍ਰੋਟੈਸਟ ਸੀਗਾ, ਅਹਿੰਸਾ ਨੂੰ ਇਹ ਕਰਦੇ ਆ। ਅਤੇ ਮੈਂ ਉੱਥੇ ਗੂਗਲ 'ਚ ਪੜ੍ਹਿਆ ਇਹਨਾਂ ਦੇ ਬਾਰੇ, ਫਿਰ ਮੈਂ ਵਿਕੀਪੀਡੀਆ ਗਿਆ, ਉੱਥੇ ਵੀ ਜਾ ਕੇ ਮੈਂ ਰਿਸਰਚ ਕੀਤੀ ਮਾੜੀ ਮੋਟੀ, ਅਤੇ ਵਾਜ਼ ਅ ਵੈਰੀ ਸੇਂਟਲੀ ਸੋਰਟ ਆਫ ਅ ਮੈਨ, ਬੜੇ ਕਾਮਨ ਮੈਨ ਹੂ ਟਰਨਸ ਇਨ ਟੂ ਅ ਸੋਰਟ ਆਫ ਅ ਰੈਵੋਲਿਊਸ਼ਨਰੀ, ਜਸਟ ਸਮਥਿੰਗ ਲਾਈਕ ਮਹਾਤਮਾ ਗਾਂਧੀ ਜੀ ਜੀ, ਬਟ ਦ ਡਿਫਰੈਂਸ, ਦਿਸ ਲੋਟ ਆਫ ਡਿਫਰੈਂਸ ਇਨ ਬੋਥ ਦ ਲਾਈਫਸ ਦੈਟ ਹੈਪਨ। ਇੱਦਾਂ ਦਾ ਕੈਰੈਕਟਰ ਪਲੇ ਕਰਨਾ ਹੁੰਦਾ, ਹਾਂਜੀ, ਲਾਈਕ ਹੁਣ ਇੰਨੇ ਸਾਲਾਂ ਤੋਂ ਕਰੀਅਰ ਚੱਲ ਰਿਹਾ, ਸੋ ਇੱਦਾਂ ਦੇ ਕੈਰੈਕਟਰ ਕਰਨ ਵੇਲੇ ਕੁਛ ਆਪਣੇ ਆਪ ਨੂੰ ਫੀਲ ਹੁੰਦਾ ਕਿ ਯਾਰ ਵੀ ਹੁਣ ਕੁਛ ਡਿਫਰੈਂਟ ਕਰਨਾ ਪੈਣਾ, ਜੋ ਇੰਨੇ ਸਾਲਾਂ ਤੋਂ ਕੀਤਾ ਉਹ ਐਕਸਪੀਰੀਅੰਸ ਇੱਕ ਸਾਈਡ 'ਤੇ, ਐਂਡ ਆਹ ਇੱਕ ਨਵੀਂ ਚੀਜ਼ ਆ ਗਈ ਲਾਈਫ ਦੇ ਵਿੱਚ? ਡੈਫੀਨਿਟਲੀ, ਕਿਉਂਕਿ ਰੀਅਲ ਲਾਈਫ ਕੈਰੈਕਟਰ ਹੈ ਉਹ, ਜੇ ਤੁਹਾਨੂੰ ਕੋਈ ਹੋਰ ਕੈਰੈਕਟਰ ਮਿਲਦਾ ਤੁਸੀਂ ਉਹਨੂੰ ਫਿਕਸ਼ਨਲਾਈਜ਼ ਕਰ ਸਕਦੇ ਹੋ ਜੀ, ਆਪਣੀ ਕ੍ਰੀਏਟਿਵਿਟੀ ਦਿਖਾ ਸਕਦੇ ਹੋ ਉੱਥੇ ਕਿ ਵੀ ਮੈਂ ਇਹਨੂੰ ਇਸ ਤਰ੍ਹਾਂ ਨਾਲ ਵਿਜੂਅਲਾਈਜ਼ ਕਰਦਾ ਜੀ, ਇਹ ਮੇਰਾ ਪਰਸੈਪਸ਼ਨ ਹੈ ਕਿ ਇਹ ਕੈਰੈਕਟਰ ਇੱਦਾਂ ਬੋਲੂਗਾ, ਇਹ ਕਰੂਗਾ, ਬਟ
ਜਦੋਂ ਇਹ ਰੀਅਲ ਲਾਈਫ ਕੈਰੈਕਟਰ ਹੁੰਦਾ ਦੈਨ ਤੁਹਾਨੂੰ ਉਹਦੀ ਸਕਿਨ ਦੇ ਅੰਦਰ ਵੜਨਾ ਪੈਂਦਾ ਹਾਂਜੀ ਯੂ ਹੈਵ ਟੂ ਬਿਹੇਵ ਐਗਜ਼ੈਕਟਲੀ ਲਾਈਕ ਵਾਟ ਹੀ ਡਿਡ ਵੈਨ ਹੀ ਵਾਸ ਅਲਾਈਵ ਔਰ ਜਦੋਂ ਵੀ ਉਹਨਾਂ ਦੀ ਇਹ ਪੂਰੀ ਕਹਾਣੀ ਹੋਈ ਸੀ ਤੇ ਉਹ ਥੋੜਾ ਜਿਹਾ ਉੱਥੇ ਕੇਅਰਫੁਲ ਰਹਿਣਾ ਪੈਂਦਾ ਸੋ ਉਹਨਾਂ ਦੇ ਕੈਰੈਕਟਰ ਤੇ ਤੁਸੀਂ ਪੂਰੀ ਸਟੱਡੀ ਕੀਤੀ ਜੀ ਹਾਂ ਜਿੰਨੀ ਕੁ ਮੈਨੂੰ ਅਵੇਲੇਬਲ ਸੀਗੀ ਬਹੁਤਾ ਇਨਫੋਰਮੇਸ਼ਨ ਨਹੀਂ ਹੈਗੀ ਅਵੇਲੇਬਲ ਉਹਨਾਂ ਦੇ ਬਾਰੇ 'ਚ ਬਟ ਜਿੰਨੀ ਹੈਗੀ ਉਹ ਮੈਂ ਸਟੱਡੀ ਕੀਤੀ ਫਿਰ ਜਿਹੜੇ ਡਾਇਰੈਕਟਰ ਹੈ ਜਗਮੀਤ ਉਹਨੇ ਮੇਰੀ ਹੈਲਪ ਕੀਤੀ ਅਤੇ ਕਰ ਕਰਾ ਕੇ ਫਿਰ ਮੈਂ ਇਟ ਹੈਡ ਟੂ ਬੀ ਲਾਈਕ ਦੈਟ ਕਿ ਯੂ ਹੈਵ ਟੂ ਗੈਟ ਇਨ ਸਾਈਡ ਹਿਸ ਸਕਿਨ ਹਾਂਜੀ ਚਲੋ ਬਹੁਤ ਅੱਛੀ ਗੱਲ ਹੈ ਅਤੇ ਸਰ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦਾ ਸੈੱਟ ਲਗਾਇਆ ਗਿਆ ਬਹੁਤ ਵੱਡਾ ਅਤੇ ਪਹਿਲਾਂ ਤਾਂ ਇਹ ਦੱਸੋ ਉਹ ਸੈੱਟ ਲਗਾਉਣ ਦੀ ਵੀ ਕੋਈ ਪਰਮਿਸ਼ਨ ਵਗੈਰਾ ਤੁਹਾਨੂੰ ਲੈਣੀ ਪਈ ਜਾਂ ਕੋਈ ਪ੍ਰੋਬਲਮ ਆਈ ਉਹ ਸੈੱਟ ਲਗਾਉਣ ਦੀ ਉਹਦੀ ਕੋਈ ਪਰਮਿਸ਼ਨ ਦੀ ਨਹੀਂ ਲੈਣੀ ਪਈ ਪਰਮਿਸ਼ਨ ਲੈਣੀ ਪਈ ਕਿਉਂਕਿ ਉਹਦੇ 'ਚ ਅਸੀਂ ਪਹਿਲਾਂ ਹੀ ਦਾ ਸਕ੍ਰਿਪਟ ਜਿਹੜਾ ਸੀ ਐਸ ਸੀ ਪੀ ਸੀ ਨੂੰ ਦੇ ਦਿੱਤਾ ਸੀਗਾ ਸਟਾਰਟ ਕਰਨ ਤੋਂ ਪਹਿਲਾਂ ਅਤੇ ਉਸੇ ਵੇਲੇ ਮੈਨਸ਼ਨ ਕਰਤਾ ਸੀ ਕਿ ਸਾਨੂੰ ਨਨਕਾਣਾ ਸਾਹਿਬ 'ਤੇ ਸਾਡੇ ਕੋਲ ਜਾ ਕੇ ਇੰਨਾ ਟਾਈਮ ਸ਼ੂਟਿੰਗ ਹੋਣੀ ਨਹੀਂ ਨੋਟ ਪੋਸੀਬਲ ਉਹਨਾਂ ਨੇ ਪਰਮਿਸ਼ਨ ਨਹੀਂ ਦੇਣਾ ਉੱਥੇ ਜੀ ਅਤੇ ਉਸ ਵੇਲੇ ਉਹਨਾਂ ਨੂੰ ਅਸੀਂ ਮੈਨਸ਼ਨ ਕਰਤਾ ਸੀ ਸਾਨੂੰ ਸੈੱਟ ਲਗਾਉਣਾ ਪਏਗਾ ਅਤੇ ਕਹਿੰਦੇ ਸੀ ਕੋਈ ਗੱਲ ਨਹੀਂ ਤੁਸੀਂ ਬਣਾ ਲਓ ਸੈੱਟ ਲਾਉਣ ਵਾਸਤੇ ਵੀ ਬੰਬੇ ਤੋਂ ਸਾਨੂੰ 30-35 ਮਿਸਤਰੀ ਮੰਗਾਉਣੇ ਪਏ ਸਪੈਸ਼ਲਿਸਟ ਅਤੇ ਮਟੀਰੀਅਲ ਵੀ ਉੱਥੇ ਮੰਗਾਇਆ ਮੋਸਟ ਆਫ ਦਾ ਮਟੀਰੀਅਲ ਅਤੇ ਤਕਰੀਬਨ 2 ਮਹੀਨੇ ਲੱਗ ਗਿਆ ਸੀ ਸੈੱਟ ਤਿਆਰ ਕਰਨ ਨੂੰ ਔਰ ਪਹਿਲੀ ਵਾਰੀ ਪੰਜਾਬ ਦੇ ਵਿੱਚ ਇੰਨਾ ਵੱਡਾ ਸੈੱਟ ਲੱਗਾ ਹੈਗਾ ਅਤੇ ਉੱਥੇ ਸ਼ੂਟਿੰਗ ਹੋਈ ਹੈ ਓਸ਼ਿਨ ਜੀ ਫਿਰ ਇਸ ਫਿਲਮ ਦੇ ਵਿੱਚ ਚਲੋ ਇਹ ਤਾਂ ਅਸੀਂ ਸੁਣ ਲਿਆ ਵੀ ਤੁਸੀਂ ਕਿਸ ਕਰਕੇ ਹਾਂ ਕਿ ਬੇਸਿਕਲੀ ਕੀ ਕੈਰੈਕਟਰ ਪਲੇ ਕਰ ਰਹੇ ਹੋ ਤੁਸੀਂ ਇਸ ਫਿਲਮ ਜੀ ਇਸ ਫਿਲਮ 'ਚ ਮੈਂ ਆਨੰਦ ਕੌਰ ਦਾ ਕਿਰਦਾਰ ਨਿਭਾ ਰਹੀ ਹਾਂ ਜੋ ਕਿ 1920 ਦੀ ਰਹਿਣ ਵਾਲੀ ਕੁੜੀ ਹੈ ਅਤੇ ਗੁਰਦੁਆਰੇ ਜਾਂਦੀ ਹੈ ਆਪਣੇ ਸਾਡਾ ਸੱਭਿਆਚਾਰ ਦਿਖਾਇਆ ਮੈਂ ਪਹਿਲੀ ਵਾਰ ਇਹੋ ਜਿਹੀ ਫਿਲਮ ਕਰ ਰਹੀ ਹਾਂ ਜਿਸ 'ਚ ਕਿ ਮੈਂ ਬਿਲਕੁਲ ਘੱਟ ਮੇਕਅਪ ਪਰਾਂਦੀਆਂ ਪਈਆਂ ਸਿਰ 'ਤੇ ਚੁੰਨੀ ਲੈਣੀ ਹੈ ਨਾ ਅਤੇ ਸਾਡੇ ਜਿਹੜੇ ਲੋਕ ਗੀਤ ਟੱਪੇ ਉਹ ਸਭ ਕੁਛ ਮੈਨੂੰ ਇਸ ਦੌਰਾਨ ਹੀ ਸਿੱਖਣ ਨੂੰ ਮਿਲਿਆ ਅਤੇ ਜਾਣਨ ਨੂੰ ਮਿਲਿਆ ਜਾਂ ਨੰਦ ਕੌਰ ਦਾ ਕੈਰੈਕਟਰ ਅਮਨ ਧਾਲੀਵਾਲ ਦੇ ਓਪੋਜ਼ਿਟ ਤੁਸੀਂ ਕਰ ਰਹੇ ਹੋ ਇੱਕ ਸਾਡੇ ਨਾ ਫਿਲਮ 'ਚ ਛੋਟੀ ਜਿਹੀ ਪਿਆਰੀ ਜਿਹੀ ਲਵ ਸਟੋਰੀ ਵੀ ਹੈਗੀ ਹੈ ਜੋ ਕਿ ਅਮਨ ਧਾਲੀਵਾਲ ਅਤੇ ਮੇਰੇ ਵਿੱਚ ਹੈ ਜੀ ਅਤੇ ਮੁਕੁਲ ਜੀ ਜਦੋਂ ਇੱਦਾਂ ਦੀ ਫਿਲਮ ਕਰਦੇ ਹਾਂ ਫਿਰ ਸ਼ੂਟਿੰਗ ਦੇ ਦੌਰਾਨ ਕੁਛ ਇੱਦਾਂ ਦੀਆਂ ਗੱਲਾਂ ਹੁੰਦੀਆਂ ਜਿਹਨਾਂ ਦਾ ਖਾਸ ਤੌਰ 'ਤੇ ਧਿਆਨ ਰੱਖਣਾ ਪੈਂਦਾ ਜੋ ਨੋਰਮਲੀ ਆਪਾਂ ਬਾਕੀ ਫਿਲਮਾਂ ਕਰਦੇ ਹਾਂ ਉਦੋਂ ਨਹੀਂ ਜੀ ਬਿਲਕੁਲ ਰੱਖਣਾ ਪੈਂਦਾ ਇਨਫੈਕਟ ਮੈਂ ਤਾਂ ਕਹਾਂਗਾ ਬਹੁਤ ਜ਼ਿਆਦਾ ਰੱਖਣਾ ਪੈਂਦਾ ਕਦੇ ਕਦੇ ਸਾਨੂੰ ਇੱਕ ਜੇ ਸ਼ਾਰਟ ਆਪਾਂ ਕਰਦੇ ਸੀ ਸ਼ਾਰਟ ਭਾਵੇਂ ਚੰਗਾ ਵੀ ਮਿਲ ਜਾਵੇ ਪਤਾ ਲੱਗਿਆ ਕੋਈ ਗੱਡੀ ਨਿਕਲ ਗਈ ਪਿੱਛੋਂ ਜਾਂ ਕਿਸੇ ਦਾ ਸੈੱਲਫੋਨ ਵੱਜ ਗਿਆ ਕੋਈ ਤਾਂ ਯੂ ਪੀਰੀਅਡ ਫਿਲਮ ਦੇ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਸੋ ਇੱਧਰ ਉੱਧਰ ਪ੍ਰੋਪਰਟੀ ਕੀ ਹੈ ਪ੍ਰੋਪਰਟੀ ਕੀ ਹੈ ਔਰ ਵੈਸੇ ਸੈੱਟ 'ਤੇ ਆਪਣੇ ਆਪ ਦੇ ਵਿੱਚ ਵੀ ਕੁਛ ਚੇਂਜਿਸ ਲਿਆਉਣੀਆਂ ਪੈਂਦੀਆਂ ਬਿਲਕੁਲ ਜੀ ਕਿਉਂਕਿ ਦੇਖੋ ਜਿਹੜਾ ਉਹ ਜ਼ਮਾਨਾ ਸੀ 1921 ਫੋਨਸ ਟੈਲੀਫੋਨਸ ਨਹੀਂ ਸੀਗੇ ਕੁਛ ਹੋਰ ਜ਼ਰੀਆ ਨਹੀਂ ਸੀ ਅਤੇ ਜਿਹੜੀ ਲਾਈਫ ਸੀ ਬੜੀ ਸਿੰਪਲ ਜੀ ਸੀ ਹੈ ਨਾ ਬਹੁਤ ਸਿੰਪਲ ਲਾਈਫ ਸੀ ਅਤੇ ਬੰਦਿਆਂ ਦੇ ਜਿਹੜੇ ਜਿਹੜੀ ਚਾਲ ਢਾਲ ਆਵ ਭਾਵ ਉਹ ਵੀ ਸਾਰੇ ਸਿੰਪਲ ਹੀ ਸੀ ਉਹਦੇ ਵਿੱਚ ਕੋਈ ਕੰਪਲੀਕੇਸ਼ਨ ਨਹੀਂ ਸੀਗੀ ਨਹੀਂ ਕਿ ਫੋਨ ਵੱਜ ਰਿਹਾ ਇਹ ਹੋ ਰਿਹਾ ਕੁਛ ਇੱਦਾਂ ਦੀਆਂ ਚੀਜ਼ਾਂ ਲਾਈਕ ਜਿਵੇਂ ਨਨਕਾਣਾ ਸਾਹਿਬ ਦਾ ਸੈੱਟ ਲੱਗਾ ਚਾਹੇ ਉਹ ਹੈ ਸੈੱਟ ਹੀ ਆ ਪਰ ਸਾਡੇ ਲਈ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਕਿਸੇ ਤਰ੍ਹਾਂ ਵੀ ਇਸ ਜਗ੍ਹਾ ਦੀ ਇਸ ਨਾਮ ਦੀ ਕੋਈ ਬੇਅਦਬੀ ਨਾ ਹੋਵੇ ਬਿਲਕੁਲ ਸੋ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹਨਾਂ ਦਾ ਤੁਸੀਂ ਧਿਆਨ ਰੱਖਦੇ ਆਪਣੀ ਚੱਪਲੀਆਂ ਲਾ ਕੇ ਅੰਦਰ ਜਾਂਦੇ ਸੀ ਅੱਛਾ ਚੱਪਲੀ ਕੋਈ ਨਹੀਂ ਪਹਿਨਦਾ ਸੀ ਪਾਉਂਦਾ ਸੀ ਅੰਦਰ ਅਤੇ ਹੁਣ ਤਾਂ ਬਲਕਿ ਮੈਨੂੰ ਤਾਂ ਇਹ ਆਦਤ ਹੋ ਗਈ ਹੈ ਸ਼ੂਟਿੰਗ ਕਰਦੇ ਕਰਦੇ 18-20 ਸਾਲ ਜਿਹੜੇ ਮੇਰੇ ਘਰ ਦਾ ਸੈੱਟ ਹੁੰਦਾ ਮੈਨੂੰ ਘਰ ਲੱਗਣ ਲੱਗਦਾ ਆਪਣਾ ਹੈ ਨਾ ਤਾਂ ਇਟਸ ਬਿਕਮ ਲਾਈਕ ਅ ਸੈਕਿੰਡ ਸਕਿਨ ਨਾਓ ਜਦੋਂ ਫਿਰ ਗੁਰਦੁਆਰੇ ਦਾ ਸੈੱਟ ਹੈ ਜੇ ਮੰਦਿਰ ਦਾ ਸੈੱਟ ਹੈ ਉਹ ਫਿਰ ਮੰਦਿਰ ਹੀ ਲੱਗਦਾ ਅਤੇ ਹੋਣਾ ਵੀ ਉਹੀ ਚਾਹੀਦਾ ਬਿਲਕੁਲ ਸਹੀ ਜੇ ਤੁਸੀਂ ਨਾ ਤੁਹਾਨੂੰ ਨਾ ਤੁਹਾਨੂੰ ਲੱਗੇ ਕਿ ਇਹ ਸੈੱਟ ਹੈ ਫਿਰ ਮਤਲਬ ਤੁਸੀਂ ਕੈਰੈਕਟਰ ਦੇ ਅੰਦਰ ਨਹੀਂ ਹੋ ਤੁਸੀਂ ਕਹਾਣੀ ਦੇ ਅੰਦਰ ਨਹੀਂ ਹੋ ਸਹੀ ਆ ਤਾਂ ਬਹੁਤ ਆਪਾਂ ਦਾ ਬਲਕਿ ਉਸ ਸੀਨ ਨੂੰ ਵੀ ਪਤਾ ਹੈ ਜਦੋਂ ਉੱਥੇ ਦੇ ਜਿਹੜੇ ਨੇੜੇ ਤੇੜੇ ਦੇ ਪਿੰਡ ਦੇ ਚੰਗੀ ਚੀਜ਼ ਹੁੰਦੀ ਜੇ ਆਪਾਂ ਉਹਨੂੰ ਕਿਸੇ ਤਰ੍ਹਾਂ ਸੰਭਾਲ ਕੇ ਰੱਖ ਸਕਦੇ ਤੁਸੀਂ ਬੜਾ ਚੰਗਾ ਉਪਰਾਲਾ ਕੀਤਾ ਸੀ ਹੁਣ ਸਾਨੂੰ ਇੱਕ ਚੀਜ਼ ਦਾ ਬਹੁਤ ਅਫਸੋਸ ਹੈਗਾ ਕਿ ਇੰਨੀ ਮਿਹਨਤ ਨਾਲ ਅਸੀਂ ਇਹ ਫਿਲਮ ਬਣਾਈ ਹੈਗੀ ਆ ਅਤੇ ਹੁਣ ਜਿਹੜਾ ਸਾਨੂੰ ਸੈਂਸਰ ਨੇ ਇਹ ਸਰਟੀਫਿਕੇਟ ਦਿੱਤਾ ਇਸ ਫਿਲਮ ਨੂੰ ਉਹ ਜ਼ਿਆਦਾ ਧੱਕਾ ਹੈਗਾ 22 ਦਾ ਕਿਉਂਕਿ ਜਿਹੜਾ ਹਿੰਦੀ ਫਿਲਮਾਂ 'ਚ ਇਹ ਜਿਹੜਾ ਸਰਟੀਫਿਕੇਟ ਉਹਨੇ ਦਿੱਤਾ ਅਡਲਟ ਇਸ ਫਿਲਮ 'ਚ ਕੋਈ ਅਡਲਟ ਵਾਲੀ ਚੀਜ਼ ਨਹੀਂ ਹੈਗੀ ਇਹਦੇ ਸਿਰਫ ਵਾਇਲੈਂਟ ਹੈਗਾ ਰਾਈਟ ਔਰ ਵਾਇਲੈਂਟ ਵੀ ਹਿੰਦੀ ਫਿਲਮਾਂ ਨਾਲ ਬਹੁਤ ਘੱਟ ਆ ਸੋ ਸਾਨੂੰ ਅਸੀਂ ਅਜੇ ਵੀ ਅਪੀਲ 'ਤੇ ਕੀਤੀ ਹੋਈ ਹਾਈ ਕੋਰਟ 'ਚ ਵੀ ਪਟੀਸ਼ਨ ਪਾਈ ਹੋਈ ਹੈ ਅਸੀਂ ਉਮੀਦ ਕਰਦੇ ਹਾਂ ਕਿ ਉਹਨੂੰ ਜਲਦੀ ਹੀ UA ਜਾਂ ਯੂ ਸਰਟੀਫਿਕੇਟ ਮਿਲੇ ਹਾਂਜੀ ਓਸ਼ਿਨ ਜੀ ਥੋੜ੍ਹੀ ਜਿਹੀ ਗੱਲ ਕਰਨਾ ਚਾਹਾਂਗਾ ਹੁਣ ਮਿਊਜ਼ਿਕ ਦੀ ਫਿਲਮ ਦੇ
ਸੋ ਇਦਾਂ ਦੀ ਸਰ ਜਦੋਂ ਆਪਾਂ ਇੱਕ ਫਿਲਮ ਬਣਾਉਂਦੇ ਹਾਂ ਤਾਂ ਉਹਦੇ ਵਿੱਚ ਮਿਊਜ਼ਿਕ ਮੇਰੇ ਖਿਆਲ ਇੱਕ ਬੜਾ ਸੰਜੀਦਾ ਟੌਪਿਕ ਬਣ ਜਾਂਦਾ ਕਿ ਵੀ ਹੁਣ ਇੱਕ ਪੀਰੀਅਡ ਫਿਲਮ ਹੈ ਉੱਤੋਂ ਦੀ ਰਿਲੀਜੀਅਸ ਵੀ ਹੈ ਕੁਛ ਹੱਦ ਤੱਕ ਸੋ ਉਹਦੇ ਲਈ ਮਿਊਜ਼ਿਕ ਚੂਜ਼ ਕਰਨਾ ਐਂਡ ਇਹ ਸਭ ਮਿਹਨਤ ਇੱਕ ਟੀਮ ਦੀ ਹੁੰਦੀ ਹੈ ਜਾਂ ਡਾਇਰੈਕਟਰ ਸਾਹਿਬ ਪ੍ਰੋਡਿਊਸਰ ਸਾਹਿਬ ਜਾਂ ਐਕਟਰਸ ਕੋਈ ਡਿਸਾਈਡ ਕਰਦੇ ਨੇ ਵੀ ਕਿੱਦਾਂ ਦਾ ਮਿਊਜ਼ਿਕ ਚਾਹੀਦਾ ਇਹਦੇ 'ਚ ਮੋਸਟਲੀ ਜੀ ਜਿਹੜੇ ਡਾਇਰੈਕਟਰ ਹੁੰਦੇ ਆ ਉਹ ਇਟਸ ਹਿਸ ਕ੍ਰੀਏਟਿਵ ਵਿਜ਼ਨ ਉਹਨੇ ਸਾਰਾ ਕੁਝ ਵਿਜੁਅਲਾਈਜ਼ ਕੀਤਾ ਹੁੰਦਾ ਕਿਵੇਂ ਹੋਏਗਾ ਅਤੇ ਉਹ ਫਿਰ ਮਿਊਜ਼ਿਕ ਡਾਇਰੈਕਟਰ ਨਾਲ ਬਹਿੰਦਾ ਅਤੇ ਸਾਡੇ ਬਾਕੀ ਉਹਦੇ ਇਨਪੁੱਟ ਵੀ ਲੈਂਦਾ ਵੀ ਜਿਵੇਂ ਮੈਨੂੰ ਗਾਣਾ ਸੁਣਾ ਤਾ ਕਿ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਕਰਕੇ ਐਡਵਾਈਸ ਲੈ ਲਈ ਡਿਸਕਸ਼ਨ ਕਰ ਲਈ ਇਹਦੇ ਵਿੱਚ ਮਿਊਜ਼ਿਕ ਜਿਹੜਾ ਖਾਸ ਬਾਤ ਇਹ ਹੈਗੀ ਵੀ ਕਿ ਜਿਹੜੇ ਆਰਟਿਸਟ ਹੈਗੇ ਜਿਹੜੇ ਟੈਕਨੀਸ਼ੀਅਨਸ ਹੈ ਮਿਊਜ਼ੀਸ਼ੀਅਨਸ ਜਿਹੜੇ ਹੈਗੇ ਉਹ ਕੰਟੈਂਪਰੀ ਹੈ ਉਹ ਅੱਜ ਦੇ ਹੈ ਪਰ ਜਿਹੜੇ ਇੰਸਟਰੂਮੈਂਟਸ ਯੂਜ਼ ਕੀਤੇ ਗਏ ਆ ਉਹ ਪੁਰਾਣੇ ਜਿਹੜੀ ਧੁਨ ਹੈਗੀ ਉਹ ਪੁਰਾਣੀ ਹੈ ਅਤੇ ਉਹਨਾਂ ਦਾ ਜਿਹੜਾ ਫਿਊਜ਼ਨ ਹੈ ਨਿਕਲ ਕੇ ਜਿਹੜਾ ਆਇਆ ਉਹ ਬਹੁਤ ਅੱਛਾ ਹੈ ਸੁਣਨ ਲਾਇਕ ਹੈ ਅਤੇ ਮੈਨੂੰ ਪਤਾ ਹੀ ਮੈਨੂੰ ਕੁਝ ਦੱਸ ਰਿਹਾ ਸੀ ਹੁਣ ਅਤੇ ਗਾਣੇ ਬਹੁਤ ਪਾਪੂਲਰ ਹੋ ਗਏ ਖਾਸ ਕਰਕੇ ਓਸ਼ੀਨ ਦਾ ਗਾਣਾ ਜਿਹੜਾ ਉਹੀ ਓਸ਼ੀਨ ਰੋਮਾਂਟਿਕ ਸੌਂਗ ਜਿਹੜਾ ਹਾਂਜੀ ਉਹ ਬਹੁਤ ਪਾਪੂਲਰ ਰੋਮਾਂਟਿਕ ਸੌਂਗ ਐਂਡ ਇੱਕ ਟੱਪੇ ਜਿਹੜੇ ਚੱਲ ਰਹੇ ਹੋਰ ਇਸ ਤੋਂ ਇਲਾਵਾ ਕਿਹੜੇ ਕਿਹੜੇ ਸੌਂਗ ਨੇ ਹੈਗਾ ਸ਼ੀਨ ਗਾਣਾ ਨਛੱਤਰ ਗੱਲਾਂ ਜੀ ਜੀ ਇੱਕ ਨਾਲ ਪ੍ਰੋਮੋਸ਼ਨ ਸੌਂਗ ਸਾਕਾ ਕ੍ਰੀਏਟ ਕਰਦਾ ਹੈ ਤੇ ਬਾਕੀ ਜਿੰਨੇ ਵੀ ਗਾਣੇ ਹੈਗੇ ਨਾ ਸਿਚੁਏਸ਼ਨ ਤੇ ਬਣਾਏ ਗਏ ਨੇ ਦੱਸ ਸਕਦੇ ਹੋ ਹਰ ਇੱਕ ਗਾਣੇ ਦੇ ਟੱਪੇ ਜਿਹੜਾ ਵੀ ਹੈ ਨਾ ਉਹ ਸੀਨ ਦੇ ਨਾਲ ਰਿਫਲੈਕਟ ਕਰਦਾ ਜੀ ਮੁਖਤਿਆਰ ਸੇ ਹੋਤਾ ਜਿਹਨੇ ਮਿਊਜ਼ਿਕ ਦਿੱਤਾ ਤੇ ਡਾਕਟਰ ਜ਼ੀਰਸ ਨੇ ਹਾਂਜੀ ਉਸ਼ੀਨ ਗਾ ਵੀ ਸਕਦੇ ਆ ਸਾਡੇ ਲਈ ਇੱਕ ਗੀਤ ਸੌਂਗ ਜਿਹੜਾ ਸਾਹਾ ਨੂੰ ਸਰੂਰ ਹੈ ਫਿਰੋਜ਼ ਖਾਨ ਜੀ ਨੇ ਗਾਇਆ ਬਹੁਤ ਪਸੰਦ ਕੀਤਾ ਜਾ ਰਿਹਾ ਇਵਨ ਬਾਹਰੋਂ ਮੈਸੇਜਸ ਆ ਰਹੇ ਹੈ ਕਿ ਗਾਣਾ ਬਹੁਤ ਵਧੀਆ ਹੈ ਕਮਾਲ ਦੀ ਗੱਲ ਇਹ ਕਿ ਮੈਨੂੰ ਹੋਰ ਬੜੀ ਚੀਜ਼ਾਂ ਪੜ੍ਹਨ ਨੂੰ ਮਿਲੀਆਂ ਜਦੋਂ ਮੈਂ ਰਿਸਰਚ ਕਰ ਰਿਹਾ ਸੀ ਕਿ ਬਈ ਉਸੇ ਜ਼ਮਾਨੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਵੀ ਸਥਾਪਨਾ ਹੋਈ ਜੀ ਜੀ ਸੇਮ ਟਾਈਮ ਜਦੋਂ ਇਹ ਰੈਵੋਲਿਊਸ਼ਨ ਚੱਲ ਰਹੀ ਸੀ ਉਸੇ ਸਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਆਇਆ ਅਤੇ ਉਹ ਪੜ੍ਹ ਕੇ ਮੈਨੂੰ ਮੈਂ ਕਿਹਾ ਯਾਰ ਇਹ ਤਾਂ ਬਹੁਤ ਹੀ ਵੈਰੀ ਵੈਰੀ ਇੰਪੋਰਟੈਂਟ ਪਾਰਟ ਆਫ ਦ ਹਿਸਟਰੀ ਅਤੇ ਜਲਿਆਂਵਾਲਾ ਬਾਗ ਵੀ ਉਹਦੇ ਨੇੜੇ ਤੇ 1919 ਦੇ ਵਿੱਚ ਹਾਂ ਜਲਿਆਂਵਾਲਾ ਬਾਗ ਤੋਂ ਬਾਅਦ ਸਭ ਤੋਂ ਵੱਡਾ ਸਾਕਾ ਆਈ ਥਿੰਕ ਇਹ ਹੋਇਆ ਸਰ ਜਿੱਦਾਂ ਸੰਦਰ ਸਾਹਿਬ ਨੇ ਦੱਸਿਆ ਕਿ ਸੈਂਸਰ ਬੋਰਡ ਨੇ ਇਹਨੂੰ ਇਹ ਸਰਟੀਫਿਕੇਟ ਦਿੱਤਾ ਜੀ ਸੋ ਇੱਦਾਂ ਤੁਹਾਨੂੰ ਲੱਗਦਾ ਕਿ ਤੁਸੀਂ ਤਾਂ ਬਹੁਤ ਸਾਰੀਆਂ ਹਿੰਦੀ ਮੂਵੀਜ਼ ਬਾਲੀਵੁੱਡ ਮੂਵੀਜ਼ ਕਰ ਚੁੱਕੇ ਹੋ ਐਕਸ਼ਨ ਭਰਪੂਰ ਫਿਲਮਾਂ ਹੁੰਦੀਆਂ ਬਹੁਤ ਪਰ ਇਹਦੇ 'ਚ ਤੁਹਾਨੂੰ ਲੱਗਾ ਕਿ ਵਾਕਈ ਕੁਛ ਨੇੜੇ ਤੇੜੇ ਇਹਦੇ ਹੈਗਾ ਕਿ ਇਹਨੂੰ ਇਹ ਸਰਟੀਫਿਕੇਟ ਦੇਣਾ ਚਾਹੀਦਾ ਬਿਲਕੁਲ ਨਹੀਂ ਬਿਲਕੁਲ ਨਹੀਂ ਜੇ ਬਾਕੀਆਂ ਫਿਲਮਾਂ ਨੂੰ ਯੂਏ ਮਿਲ ਸਕਦਾ ਤਾਂ ਇਟਸ ਅ ਟਰੂਲੀ ਡਿਜ਼ਰਵਿੰਗ ਯੂਏ ਔਰ ਕੰਸੀਡਰਿੰਗ ਕਿ ਸਾਡੇ ਇਤਿਹਾਸ ਨਾਲ ਬਿਲਕੁਲ ਡੈਫੀਨਿਟਲੀ ਦੇਖੋ ਜੀ ਬੱਚਿਆਂ ਨੇ ਦੇਖਣੀ ਆ ਫਿਲਮ ਜੀ ਬੱਚੇ ਨੂੰ ਐਜੂਕੇਟ ਕਰਨਾ ਫਿਲਮ ਦਿਖਾ ਕੇ ਜੀ ਇਤਿਹਾਸ ਬੱਚੇ ਨੂੰ ਜ਼ਿਆਦਾ ਪਸੰਦ ਹੈ ਨਾ ਸਾਨੂੰ ਤਾਂ ਚਲੋ ਆਪਾਂ ਤਾਂ ਪੜ੍ਹ ਲੈਂਦੇ ਹਾਂ ਗੱਲ ਪਰ ਇਟ ਇਜ਼ ਅ ਯੰਗ ਜਨਰੇਸ਼ਨ ਜਿਹੜੀ ਕਾਲਜ ਜਾਂਦੀ ਹੈ ਜਿਹੜੀ ਸਕੂਲ ਜਾਂਦੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਾਕੇ ਦੇ ਬਾਰੇ 'ਚ ਅਤੇ ਮੈਨੂੰ ਤਾਂ ਨਹੀਂ ਲੱਗਦਾ ਫਿਲਮ ਦੇ ਵਿੱਚ ਕੁਝ ਵੀ ਹੈਗਾ ਅਤੇ ਜਿਹੜੀ ਜਿਹੜੀ ਵਾਇਲੈਂਸ ਦੀ ਗੱਲ ਕਰਦੇ ਆ ਉਹ ਤਾਂ ਫਿਰ ਦੇਖੋ ਜਦੋਂ ਦਾ ਆਪਾਂ ਰੀਅਲ ਫਿਲਮ ਬਣਾਉਂਦੇ ਹਾਂ ਤਾਂ ਕਹਿੰਦੇ ਇਹਨੂੰ ਸੈਂਸਰ ਕਰੋ ਜੇ ਬੰਦਾ ਡਰਾਮਾ ਜਿਹਾ ਬਣਾ ਦੇ ਰੀਅਲਿਸਟਿਕ ਨਹੀਂ ਹੈ ਨਾ ਅਤੇ ਆਪਾਂ ਰੀਅਲ ਇੱਕ ਰੀਅਲਿਸਟਿਕ ਲੈਵਲ 'ਤੇ ਫਿਲਮ ਬਣਾਈਏ ਉਹਦੇ ਵਿੱਚ ਜਿਹੜਾ ਉਹ ਇੰਸੀਡੈਂਟ ਹੋਇਆ ਤਾਂ ਹੋਇਆ ਜੇ ਜਲਿਆਂਵਾਲਾ ਬਾਗ ਵਿੱਚ ਗੋਲੀਆਂ ਚੱਲੀਆਂ ਤਾਂ ਚੱਲੀਆਂ ਜੀ ਜੀ ਉਹ ਗਾਂਧੀ ਵੀ ਬਣੀ ਸੀ ਉਹਦੇ ਵਿੱਚ ਵੀ ਪੂਰਾ ਇੰਸੀਡੈਂਟ ਦਿਖਾਇਆ ਉਹਨਾਂ ਨੇ ਦਿਖਾਉਣਾ ਪਿਆ ਉਹ ਤਾਂ ਦਿਖਾਉਣਾ ਪਿਆ ਹੋਰ ਮੈਨੂੰ ਤਾਂ ਪਿਆ ਕੋਈ ਦੇਖੀ ਨਹੀਂ ਵਾਇਲੈਂਸ ਬਾਰਡਰ ਫਿਲਮ ਬਣੀ ਹੈ ਜਾਂ 1947 ਜਿਹੜੀ ਵਾਰ ਫਿਲਮ ਹੈ ਉਹ ਤਾਂ ਹੋਏਗਾ ਹੀ ਹੋਏਗਾ ਅਸੀਂ ਸੈਂਸਰ ਬੋਰਡ ਨੂੰ ਇਹ ਵੀ ਕਿਹਾ ਸੀ ਕਿ ਜੇ ਤੁਹਾਨੂੰ ਇਹਦੇ 'ਚ ਕੋਈ ਸੀਨ ਲੱਗਦਾ ਜਿਹਦੇ ਕਰਕੇ ਤੁਸੀਂ ਇਹ ਦੇ ਰਹੇ ਹਾਂ ਦੱਸੋ ਅਸੀਂ ਕੱਟ ਦਿੰਦੇ ਹਾਂ ਕਹਿੰਦੇ ਨਹੀਂ ਜੀ ਫਿਰ ਤਾਂ ਪੂਰੀ ਫਿਲਮ ਦੁਬਾਰਾ ਬਣਾਉਣੀ ਪੈਣੀ ਹੈ ਕਿ ਯਾਰ ਇੱਦਾਂ ਦਾ ਕਿ ਸਾਰਾ ਸਾਡੇ ਜਿਹੜਾ ਵਾਇਲੈਂਸ ਹੈ ਉਹ ਸਿਰਫ 15-20 ਮਿੰਟ ਦਾ ਆ ਰਾਈਟ ਇੱਦਾਂ ਕਿੱਦਾਂ ਕਿਸੇ ਪੂਰੀ ਫਿਲਮ ਬਣਾਉਣੀ ਪੈਣੀ ਉਹਨਾਂ ਦਾ ਕੋਈ ਕੋਪਰੇਸ਼ਨ ਨਹੀਂ ਸੀਗਾ ਦੇ ਹੈਡ ਨੋ ਇੰਟੈਂਸ਼ਨ ਉਹ ਸਿਰਫ ਓਲਰੇਡੀ ਡਿਸਾਈਡ ਕਰ ਚੁੱਕੇ ਇਹਨੂੰ ਇਹ ਹੀ ਦੇਣਾ ਹਾਂ ਮੈਨੂੰ ਲੱਗਦਾ ਉਹਨਾਂ ਦਾ ਰਵੱਈਆ ਸ਼ਾਇਦ ਰੀਜਨਲ ਫਿਲਮਸ
ਨਹੀਂ ਲੱਗ ਗਿਆ ਤੇ ਉਹਨਾਂ ਦੀ ਆਪਣੀ ਵਾਲੀ ਲੱਗ ਗਈ ਉਹਨਾਂ ਠੀਕ ਨਹੀਂ ਓਸ਼ਿਨ ਜੀ ਤੁਹਾਡੇ ਕੋਲੋਂ ਇੱਕ ਗੱਲ ਰਹਿ ਗਈ ਸੀ ਪੁੱਛਣੀ ਕਿ ਕੈਰੈਕਟਰ ਦੀ ਆਪਾਂ ਗੱਲ ਕਰ ਰਹੇ ਸੀ ਤੁਹਾਡੇ ਫਿਲਮ ਦੇ ਵਿੱਚ ਸੋ ਤੁਸੀਂ ਕੈਰੈਕਟਰ ਕੀਤਾ ਬਾਹੂ ਵੀ ਕੀਤਾ ਹੋਏਗਾ ਪਰ ਤੁਹਾਨੂੰ ਲੱਗਦਾ ਕਿ ਹਜੇ ਤੱਕ ਦਾ ਕਰੀਅਰ ਤੋਂ ਸਭ ਤੋਂ ਡਿਫੀਕਲਟ ਜਾਂ ਇੰਟਰਸਟਿੰਗ ਕੈਰੈਕਟਰ ਤੁਸੀਂ ਕੀਤਾ ਹੈ ਜੀ ਇਹ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਹ ਕੈਰੈਕਟਰ ਕਰਕੇ ਇਸ ਲਈ ਹੋਈ ਕਿਉਂਕਿ ਮੈਨੂੰ ਲੱਗਦਾ ਅੱਜ ਤੋਂ 10 ਸਾਲ ਬਾਅਦ ਵੀ 20 ਸਾਲ ਬਾਅਦ ਵੀ ਜਦ ਇਹ ਫਿਲਮ ਨੂੰ ਦੇਖਿਆ ਜਾਊਗਾ ਜਾਂ ਇਹ ਜੋ ਫਿਲਮ ਮੈਂ ਕੀਤੀ ਹੈ ਜਿਸ ਟੌਪਿਕ 'ਤੇ ਕੀਤੀ ਹੈ ਸ਼ਾਇਦ ਇਹ ਹਮੇਸ਼ਾ ਅਮਰ ਹੋਊਗਾ ਇਹ ਕੈਰੈਕਟਰ ਵਿੱਚ ਮੁਸ਼ਕਲ ਲੱਗਾ ਸੀ ਕਰਨ ਲਈ ਲੱਗਦਾ ਸੀ ਵੀ ਨਿਭਾਉਣਾ ਔਖਾ ਹੋਊਗਾ ਸੱਚ ਕਹਾਂ ਤਾਂ ਹਾਂ ਮੁਸ਼ਕਲ ਸੀ ਕਿਉਂਕਿ ਉਸ ਟਾਈਮ 'ਚ ਮੈਂ ਹੁਸੈਨੀ ਵਾਲਾ ਬਾਰਡਰ 'ਤੇ ਜਾ ਕੇ ਅਸੀਂ ਸ਼ੂਟਿੰਗ ਕੀਤੀ ਕੱਚੇ ਮਕਾਨ ਹੈ ਨਾ ਉਹ ਜਿਹੇ ਮਾਹੌਲ 'ਚ ਉੱਥੇ ਮੋਬਾਈਲ ਦੇ ਸਿਗਨਲਸ ਵੀ ਨਹੀਂ ਆਉਂਦੇ ਸੀ ਔਰ ਅੱਜ ਕੱਲ੍ਹ ਦੀ ਜ਼ਿੰਦਗੀ 'ਚ ਜਿੱਦਾਂ ਦੇ ਅਸੀਂ ਹੈਗੇ ਹਾਂ ਮੋਬਾਈਲ ਤੋਂ ਬਿਨਾਂ ਰਹਿੰਦੇ ਹੀ ਨਹੀਂ ਜੀ ਜੀ ਤੋ ਕੈਰੈਕਟਰ ਨੂੰ ਪਲੇ ਕਰਨ ਲਈ ਵੀ ਮੈਂ ਜਿੱਦਾਂ ਦਾ ਪਹਿਰਾਵਾ ਪਾਇਆ ਮੇਰੀ ਪੰਜਾਬੀ ਵੀ ਮੈਂ ਸ਼ੁੱਧ ਪੰਜਾਬੀ ਇੱਕਦਮ ਪਿਓਰ ਪੰਜਾਬੀ ਬੋਲੀ ਉਸ 'ਚ ਹੈ ਨਾ ਤਾਂ ਆਈ ਡਿਡ ਪ੍ਰੈਪਰੇਸ਼ਨ ਫੋਰ ਇਟ ਇਸ ਤਰੀਕੇ ਨਾਲ ਜੀ ਚਲੋ ਬਹੁਤ ਅੱਛੀ ਗੱਲ ਹੈ ਜੀ ਉਮੀਦ ਕਰਦੇ ਹਾਂ ਕਿ ਤੁਹਾਡੇ ਰੋਲ ਨੂੰ ਵੀ ਸਰਾਇਆ ਜਾਏ ਤੇ ਪੂਰੀ ਫਿਲਮ ਨੂੰ ਬਹੁਤ ਸਰਾਇਆ ਜਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਟਾਈਮ ਦੇਣ ਲਈ ਅਤੇ ਮੈਂ ਚਾਹੂੰਗਾ ਕਿ ਜਾਂਦੇ ਜਾਂਦੇ ਤੁਸੀਂ ਇੱਕ ਵਾਰ ਰਿਲੀਜ਼ ਡੇਟ ਐਂਡ ਦਰਸ਼ਕਾਂ ਨੂੰ ਇੱਕ ਅਪੀਲ ਫਿਲਮ ਦੇ ਬਾਰੇ ਕਰ ਦਿਓ ਜਵਾਬ ਦੇਣਾ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ